Vaheguru, 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 Sadguru, Patshah, Tan Tan Sahib Shri Guru Granth Sahib Ji Maharaj, Tina Di Pavitra Pavan Hazuri Andar, Jod Baithe, Pavitra Godhu Maan Rahe, Aho, حاجری لگوائیے جتنے بھی شریر اس پندال دے اندر موجود نہیں سارے اپنی اپنی رسلانوں پویتر کریو کوئی بھی رسل میرے صاحب دی بخشی فتح گجاؤں تو وہاں جینا رہ جائے سارے گج کے آنکھو جی واہ خالصہ واہ جی کی فتح हे प्राणनाथ गोविंद कृपा निधान जगद गुरु हे संसार ताप हरण करुणा में सब दुख हरो हे शरण जो दयालु दीनानाथ में शरीर स्वस्थ खीन समय सिमरंत नानक राम दामोदर माधव माधव शब्द विचार हमेशा बेनती करना आप संतों के चरणों के बीच क्योंकि तुम्हारे बिना असी अधूरे जे तुसी साथ ना दिता तो मेरे साहब भी नहीं कहना भाई जा तेरे नाल ते संगति नहीं करो विचीते वसना है विच संगत हर प्रभ वसा जियो तो आड़े विच मेरा वाहिगुरु वसना है
ਤੁਸੀਂ ਬੋਲ ਪਏ ਤੁਸੀਂ ਗਾਦਰਾ ਵਾਹਿਗੁਰੂ ਦੀ ਗਾ ਲੈ ਤੇ ਆਓ ਫਿਰ ਸਾਰੇ ਰਲ ਕੇ ਕਰੀਏ ਨਾ ਗੁਰੂ ਕੀ ਠੀਕ ਹੈ ਮੁਬਾਰਕ ਹੈ ਕੰਨਾਂ ਨਾਲ ਵੀ ਸੁਣਨਾ ਹੈ ਸਰਮੋਂ ਮੇਰੇ ਹੋ ਸੱਚਾ ਸੁਣਨ ਨੂੰ ਪਠਾਏ ਸੱਚਾ ਸੁਣਨ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਠੀਕ ਹੈ ਹੁਕਮ ਹੈ ਸੁਣੋ ਪਰ ਪਾਤਸ਼ਾਹ ਨੇ ਇਹ ਵੀ ਕਿਹਾ ਇਹ ਰਸਨਾ ਤੂੰ ਅਨਰਸ ਰਾਜ ਲਈ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋ ਤੂੰ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪੱਲੇ ਨਾ ਪਾਏ ਸੱਸ ਦੇ ਕੇ ਹਰ ਰਸ ਪੱਲੇ ਪਾਏ ਪੀਆ ਹਰ ਰਸ ਜੇ ਰਸ ਆ ਗਿਆ ਪਾਤਸ਼ਾਹ ਕਹਿੰਦੇ ਬਹੁਤ ਨਾ ਤ੍ਰਿਸ਼ਨਾ ਲਾਗੇ ਰਸਨਾ ਨਾਲ ਗਾਵਾਂਗੇ ਤੇ ਕੰਨਾਂ ਨਾਲ ਸੁਣਾਂਗੇ ਨਾ ਸਭ ਦੀ ਹਾਜ਼ਰੀ ਲੱਗੇਗੀ ਤੇ ਫਿਰ ਸਾਰੇ ਗਾਓ ਬੜੀਆਂ ਸਿੱਧੀਆਂ ਸਿੱਧੀਆਂ ਰੀਤਾਂ ਦਾਸ ਯਤਨ ਕਰਦਾ ਤੁਹਾਡੇ ਲਈ ਬਣਾਈਏ ਇਹ ਰੀਤ ਵੀ ਦਾਸ ਪਹਿਲੀ ਵਾਰ ਪੜ ਰਿਹਾ ਤੁਸੀਂ ਕਿਰਪਾ ਕਰੋ ਨਾਲ ਗਾਓ ਇੱਕੋ ਸ਼ਬਦ ਵਿਚਾਰ ਇੱਕੋ ਸ਼ਬਦ ਵਿਚਾਰ ਸ਼ਬਦ ਵਿਚਾਰ ਸੱਚਾ ਸੌਦਾ ਹੱਥ ਸੱਚ ਰਤਨੀ ਭਰੇ ਭੰਡਾਰ ਸੱਚਾ ਸੌਦਾ ਹੱਥ ਸੱਚ ਰਤਨੀ ਭਰੇ ਭੰਡਾਰ ਸੱਚਾ ਸੌਦਾ ਹੱਥ ਸੱਚ ਰਤਨੀ ਭਰੇ ਭੰਡਾਰ
كاباني إكتر ترجمة
نانک سچ سلائی ہے جنم کی مل گئی نبرے دوت دشت بیرائی گر پورے کا جب آجا کہاں کرے کوئی بیچارا Bye.
صاحب درد پیندا ہے نا تے کوڑے ریٹھے وی پھر میٹھے کر دتا انہاں دے وچوں وی امرت پرگٹ کر دتا تیاں دین اے ساڈے اتہاسک پکھ نے جنہاں نوں اسیں ان گولیا نہیں کدے کر سکدے جڑے انہاں تے وی ترک کردے نے انہاں نے گرو دے پریم دا رس ہی نہیں چکھیا او ترک جی پھسے رہ جاندے تیاں دین प्रेम की सार सुई जाने जे अमृत का व्यापारी ताई पता लगेगा ना जे अमृत अंदरों प्रगट कीता होएगा वो तेरे तेरे तर्क करेगा अंदर कड़ा अमृत ही भलियो सारी बाणी इस गल दी गवाही अमृत दा कुंत अंदरों ही प्रगट होना है बाहरों ते अजी खले पाटे भी बहुत छकी ठीक है ਅਸੀਂ ਉਹਨੂੰ ਆਖਦੇ ਹਾਂ ਕਿ ਅਸੀਂ ਅੰਮ੍ਰਿਤ ਛਕ ਲਿਆ ਪਰ ਉਹ ਕੇਵਲ ਤੇ ਕੇਵਲ ਇੱਕ ਸਕੂਲ ਵਿੱਚ ਐਡਮਿਸ਼ਨ ਲੈਣ ਲਈ ਜਿਵੇਂ ਫਾਰਮ ਫਿਲ ਕਰਨਾ ਪੈਂਦਾ ਸਕੂਲ ਜਾ ਕੇ ਦਾਖਲਾ ਲੈਣਾ ਪੈਂਦਾ ਸਾਈਨ ਕਰਨੇ ਪੈਂਦੇ ਮਾਤਾ ਪਿਤਾ ਦੀ ਗਵਾਹੀ ਦੇਣੀ ਪੈਂਦੀ ਇਦਾਂ ਉਹ ਇੱਕ ਐਡਮਿਸ਼ਨ ਦਾ ਇੱਕ ਜ਼ਰੀਆ ਹੈ ਜਿਹੜਾ ਸਾਨੂੰ ਬਖਸ਼ਿਆ ਕਿ ਅੱਜ ਤੋਂ ਬਾਅਦ ਤੇਰਾ ਪਿਓ ਗੁਰੂ ਗੋਬਿੰਦ ਸਿੰਘ ਤੇ ਮਾਤਾ ਮਾਤਾ ਸਾਹਿਬ ਕੋਲ ਅਨੰਦਪੁਰ ਦੇ ਵਾਸੀ ਕੁਝ ਉਹਦੇ ਲਾ ਨੇ ਜੋ ਤੁਸੀਂ ਫਾਲੋ ਕਰਨੇ ਨੇ ਉਹ ਇੱਕ ਪਹੁਲ ਦੀ ਪ੍ਰਤੀਕਿਰਿਆ ਹੈ ਪਰ ਅੰਮ੍ਰਿਤ ਦੇ ਕੁੰਟ ਅੰਦਰ ਹੈ ਜਿਵੇਂ ਜਿਵੇਂ ਅਸੀਂ ਉਸ ਰਸਤੇ ਤੇ ਉਸ ਮਾਰਗ ਤੇ ਚੱਲਦੇ ਜਾਵਾਂਗੇ ਬਾਣੀ ਜੋ ਕਹੇਗੀ ਉਹ ਕਮਾਉਂਦੇ ਜਾਵਾਂਗੇ ਤੇ ਮੈਂ ਸੁਣਾਂਗੇ ਨਹੀਂ ਚਾਰ ਵਾਰੀ ਮਹਾਰਾਜ ਨੇ ਪੌੜੀਆਂ ਚਾਰ ਬੱਕੀਆਂ ਸੁਣਿਆ ਚਾਰ ਵਾਰੀ ਆਖਿਆ ਬਈ ਸੁਣੇ ਸੁਣੀ ਧਿਆਨ ਦੇਈ ਸੁਣੀ ਫਿਰ ਕਿਹਾ ਹੁਣ ਸੁਣ ਕੇ ਹੀ ਨਾ ਬੈਠਾ ਰਹੀ ਮੰਨ ਲਈ ਫਿਰ ਚਾਰ ਵਾਰੀ ਕਿਹਾ ਮੰਨ ਲਈ ਇਹ
ਗੱਲ ਮੰਨਣ ਦੀ ਹੈ ਜਿਵੇਂ ਜਿਵੇਂ ਜਿਹੜਾ ਮੰਨਦਾ ਜਾਏਗਾ ਬਾਪੂ ਦੀ ਗੱਲ ਨੂੰ ਤਿਵੇਂ ਤਿਵੇਂ ਉਹ ਅੰਦਰੋਂ ਜਿੱਥੋਂ ਇਹ ਧਵਨੀ ਅੰਦਰੋਂ ਬਾਹਰ ਆ ਰਹੀ ਹੈ ਉੱਥੇ ਤੱਕ ਉਸ ਅੰਮ੍ਰਿਤ ਦੇ ਕੁੰਡ ਤੱਕ ਉਹਦੀ ਪਹੁੰਚ ਹੋ ਜਾਏਗੀ ਉਸ ਅੰਮ੍ਰਿਤ ਦੇ ਕੁੰਡ ਜਿਸ ਅੰਮ੍ਰਿਤ ਦੀ ਗੱਲ ਗੁਰੂ ਕਰ ਰਿਹਾ ਵਿਖ ਤੇ ਅੰਮ੍ਰਿਤ ਪ੍ਰਗਟਿਆ ਇਹ ਤੇ ਸਰੀਰ ਵਿਕਾਰਾਂ ਨਾਲ ਭਰਿਆ ਸੀ ਨੱਕਾ ਨੱਕ ਭਰਿਆ ਸੀ ਵਿਕਾਰਾਂ ਨਾਲ ਕੋਈ ਐਸਾ ਸਵਾਸ ਹੈ ਹੀ ਨਹੀਂ ਸੀ ਜਿਹੜਾ ਵਿਕਾਰ ਤੋਂ ਬਿਨਾਂ ਸੀ ਕਦੇ ਇਹ ਕ੍ਰੋਧੀ ਸੀ ਕਦੇ ਇਹ ਕਾਮੀ ਸੀ ਕਦੇ ਇਹ ਲੋਭੀ ਸੀ ਕਦੇ ਇਹ ਮੋਹ ਦੇ ਵਿੱਚ ਫਸਿਆ ਸੀ ਕਦੇ ਇਹ ਅਹੰਕਾਰ ਦੇ ਵਿੱਚ ਡੁੱਬਿਆ ਸੀ ਇੱਕ ਇੱਕ ਸਾਹ ਇਹਨੇ ਤੇ ਵਿਕਾਰਾਂ ਨੂੰ ਸੌਂਪਿਆ ਹੋਇਆ ਉਹ ਜਿਹੜਾ ਇੱਕ ਇੱਕ ਸਾਹ ਵਿਕਾਰਾਂ ਵਿੱਚ ਸੀ ਅੱਜ ਗੁਰੂ ਨੇ ਤਿਸ ਕਰ ਦਿੱਤਾ ਉਸੇ ਵਿਖ ਦੇ ਵਿੱਚ ਵਿਕਾਰ ਵਿਖ ਨੇ ਉਸੇ ਵਿਖ ਦੇ ਅੰਦਰੋਂ ਅੰਮ੍ਰਿਤ ਦਾ ਪ੍ਰਗਟਾਵਾ ਕਰ ਦਿੱਤਾ ਉਸੇ ਸਰੀਰ ਚੋਂ ਅੰਮ੍ਰਿਤ ਪ੍ਰਗਟ ਹੋ ਗਿਆ ਆਪਾਂ ਕੱਲ ਵੀ ਗੱਲ ਕੀਤੀ ਸੀ ਤੁਹਾਡਾ ਰਾਖਸ ਇੱਕੋ ਵਾਰੀ ਮਿਲਿਆ ਸੀ ਧੰਨ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਰਾਖਸ ਮਰ ਗਏ ਗੁਰਮੁਖ ਦਾ ਜਨਮ ਹੋ ਗਿਆ ਮਨਮੁਖ ਮਰਦਾ ਚਲਾ ਗਿਆ ਇੱਕ ਇੱਕ ਦਿਨ ਇੱਕ ਇੱਕ ਸਵਾਸ ਜਿਵੇਂ ਜਿਵੇਂ ਪਾਣੀ ਸੁਣਦਾ ਗਿਆ ਪਾਣੀ ਕਮਾਉਂਦਾ ਗਿਆ ਮਨਮੁਖ ਮਰਦਾ ਗਿਆ ਗੁਰਮੁਖ ਜੰਮਦਾ ਗਿਆ ਤੇ ਜਿਵੇਂ ਹੀ ਉਹਨੇ ਇੱਕ ਬੂੰਦ ਚੱਖੀ ਨਾ ਅੰਮ੍ਰਿਤ ਦੀ ਵਿਸਮਾਦ ਵਿੱਚ ਚਲਾ ਚਲਾ ਫਿਰ ਕਹਿਣ ਕਥਨ ਨੂੰ ਕੁਝ ਰਹਿ ਨਹੀਂ ਗਿਆ ਕੀ ਆਖੇ ਹੁੰਦੇ ਜਿਨ ਇਹ ਚੱਖੀ ਸੋਈ ਜਾਣ ਗੂੰਗੇ ਕੀ ਮਠਿਆਈ ਹੁੰਦੇ ਅੰਦਰ ਹੁਣ ਬਾਹਰ ਬੋਲਣ ਨੂੰ ਜਿੱਤ ਨਹੀਂ ਕਰਦਾ ਹਾਂ ਕੀ ਕਰੇਗਾ ਜਿਹੜਾ ਮੇਰੇ ਵਰਗਾ ਜ਼ਿਆਦਾ ਬੋਲਦਾ ਹੈ ਉਨਾ ਹੀ ਅੰਦਰੋਂ ਖਾਲੀ ਜਿਹੜਾ ਭਰ ਜਾਂਦਾ ਉਹਨੂੰ ਕੋਈ ਜਗ੍ਹਾ ਹੀ ਨਹੀਂ ਵੱਜਦੀ ਬੋਲਣ ਦੀ ਆਖੇ ਸਤਨਾਮ ਸ੍ਰੀ ਵਾਹਿਗੁਰੂ ਉਹ ਫਿਰ ਉਹ ਨਹੀਂ ਬੋਲਦਾ ਉਹਦੇ ਅੰਦਰੋਂ ਫਿਰ ਅੰਮ੍ਰਿਤ ਆਪ ਹੀ ਬੋਲਦਾ ਨਿਰਨਕਾਰ ਆਪ ਹੀ ਬੋਲਦਾ ਹੈ ਉਹ ਕੀ ਕਹਿੰਦਾ ਫਿਰ ਜਿਨ ਪਿਆ ਸੇ ਮਸਤ ਪਏ ਹੈ 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 ਪਾਣੀ ਤੇ ਜਿਨ ਤੂੰ ਘਰਿਆ ਮਾਟੀ ਕਾਲੇ ਦੇਹਰਾ ਕਰਿਆ ਫਿਰ ਕੀ ਹੋਇਆ ਉਕਤ ਜੋਤ ਲੈ ਪਰਮਾਤਮਾ ਨੇ ਆਪਣੀ ਜੋਤ ਦਿੱਤੀ ਆਪਣੀ ਜੋਤ ਉਕਤ ਜੋਤ ਲੈ ਸੁਰਤ ਪਰੀਖਿਆ ਮਾਤ ਗਰਭ ਮੈਂ ਜਿਨ ਤੂੰ ਰੱਖਿਆ ਅਲੜ ਗਿਆ ਗਲ ਜਾਂਦਾ ਪਰ ਨਹੀਂ ਮਾਲਕ ਨੇ ਰੱਖ ਲਿਆ ਆਪਣੀ ਜੋਤ ਬਖਸ਼ ਬਾਹਰ ਆਇਆ ਉਹ ਜੋਤ ਵਿਸਰ ਗਈ ਮਾਇਆ ਦਾ ਪ੍ਰਭਾਵ ਪੈ ਗਿਆ ਹੁਣ ਵਾਪਸ ਉੱਥੇ ਪਰਤਣਾ ਇਹ ਮਨੁੱਖ ਦਾ ਕਰਮ ਹੈ ਜਿਸ ਕਾਰਨ ਇਹ ਮਨੁੱਖ ਜਨਮ ਲਿਆ ਭਈ ਪ੍ਰਾਪਤ ਮਾਨਕ ਦੇਹੁਰੀ ਆ
ਗੋਬਿੰਦ ਮਿਲਣ ਕੀ ਹੈ ਤੇਰੀ ਮਰਿਆ ਉਸੇ ਥਾਂ ਤੇ ਵਾਪਸ ਜਾਣਾ ਹੈ ਉਸ ਜੋਤ ਨੂੰ ਉਸ ਧਿਆਨ ਨੂੰ ਉਸ ਸੁਰਤ ਨੂੰ ਜਿਹੜੀ ਉੱਥੇ ਲੱਗੀ ਸੀ ਨੰਦਕਾਰ ਦੇ ਨਾਲ ਮਾਤਾ ਦੇ ਗਰਭ ਵਿੱਚ ਉਸੇ ਸੁਰਤ ਨੂੰ ਉਸੇ ਧਿਆਨ ਨੂੰ ਫਿਰ ਦੁਆਰ ਦੀ ਪ੍ਰਾਪਤ ਇਹੀ ਮਨੋਰਥ ਹੈ ਤੇ ਜਦੋਂ ਅੰਮ੍ਰਿਤ ਅੰਦਰੋਂ ਪ੍ਰਗਟ ਹੁੰਦਾ ਤੇ ਜਦੋਂ ਉਹ ਛਕ ਲੈ ਤੇ ਫਿਰ ਅੱਜ ਕੁਝ ਹੁੰਦਾ ਜੋ ਆਪਾਂ ਪੜ੍ਹਦੇ ਲੈਣ ਆਇਆ ਆਪਣੇ ਨਿਰਨਕਾਰ ਸ਼ਬਦ ਦੀ ਕਮਾਈ ਕੀਤੀ ਨਿਰਨਕਾਰ ਹੀ ਬਣ ਗਿਆ ਨਿਰਨਕਾਰ ਨੇ ਇੱਕ ਸਿੱਖ ਨੂੰ ਤਖਤ ਤੇ ਬਿਠਾ ਕੇ ਆਪ ਮੱਥਾ ਟੇਕ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੈਸੀ ਪ੍ਰਤੀਕਿਰਿਆ ਹੈ ਕਦੇ ਦੇਖਿਆ ਕੋਈ ਜਿਉਂਦੇ ਜੀ ਇੱਥੇ ਸੰਸਾਰ ਚ ਕਿਸੇ ਨੂੰ ਗੱਦੀ ਮਿਲ ਜਾਏ ਕਿਸੇ ਨੂੰ ਸੱਤ ਬਣਾ ਦੇਈਏ ਬਣਦੇ ਹੀ ਨਹੀਂ ਨਾ ਆਪਾਂ ਦੇਖਦੇ ਹਾਂ ਕਹਿੰਦੇ ਮਰਨ ਤੋਂ ਬਾਅਦ ਵੀ ਗੱਡੀ ਛੱਡਣ ਨੂੰ ਤਿਆਰ ਨਹੀਂ ਫਰਿੱਜ ਚ ਲੱਗੇ ਰਹਿੰਦੇ ਦੇਖਿਆ ਆਪਾਂ ਰੋਜ਼ ਪੜ੍ਹਦੇ ਪਏ ਅਖਬਾਰਾਂ ਚ ਮਰ ਕੇ ਵੀ ਗੱਡੀ ਛੱਡਣ ਨੂੰ ਤਿਆਰ ਨਹੀਂ ਇੱਥੇ ਤੇ ਜਿੰਦੇ ਜੀ ਬਖਸ਼ ਦਿੱਤੀ ਸੱਚੇ ਪਾਤਸ਼ਾਹ ਨੇ ਜਿੰਦੇ ਜੀ ਨਮਸਕਾਰ ਕਰ ਦਿੱਤੀ ਲੈਣਾ ਜੀ ਨੂੰ ਮੱਥਾ ਟੇਕ ਦਿੱਤਾ ਤਖ਼ਤ ਤੇ ਬਿਠਾ ਕੇ ਧੰਨ ਗੁਰੂ ਅਮਰਦਾਸ ਸੱਚੇ ਧਿਆਨ ਦੇਣਾ 60-62 ਸਾਲ ਦੀ ਉਮਰ ਵਿੱਚ ਆਏ ਨੇ ਲੈਣਾ ਜੀ ਕੈਸਾ ਕਮਾਲ ਕਰ ਦਿੱਤਾ
ऐसी सिखी कमाई ऐसा शब्द नु बलोया ऐसा शब्द नु कमाया के लैणा जी ने धन गुरु अमरदास सच्चे पातशाह नु मत्था टेक दित्ता गुरदा गद्दी बख्श दित्ती तख्त ते बिठा दित्ता कमाल हो गई धन गुरु नानक देव जी ने अपने पुत्रां नु नहीं दित्ती गद्दी लैणा जी ने तब्बो तुनु धन गुरु अमरदास जी नु बख्श दित्ती धन गुरु अमरदास जी भी फिर उसे गल नु अगे कायम कर रहे ने ध्यान देना ਜਿਹੜੀ ਗੱਲ ਭਾਈ ਸਾਹਿਬ ਨੇ ਸੁਣਾਈ ਸੀ ਨਾ ਮੈਂ ਉੱਥੇ ਆ ਜਾਣਾ ਸ਼ੁਰੂਆਤ ਕੀਤੀ ਸੀ ਮੇਰੇ ਸਟੇਜ ਕੱਤਰ ਸਾਹਿਬਾਨ ਨੇ ਬੜੀ ਕਮਾਲ ਦੀ ਗੱਲ ਦੀ ਧੰਨ ਗੁਰੂ ਅਮਰਦਾਸ ਜੀ ਪਾਸ ਧੰਨ ਗੁਰੂ ਰਾਮਦਾਸ ਜੀ ਆਏ ਲਾਹੌਰ ਪਾਸ ਕੇ ਆਏ ਦੇਖੋ ਅਨਾਥ ਸਨ ਕੋਈ ਵਲੀ ਵਾਰਸ ਨਹੀਂ ਸੀ ਟੋਕਰੇ ਧੁੰਦੇ ਰਹੇ ਸਾਰਾ ਦਿਨ ਬੌਲੀ ਸਾਰਾ ਜਨਮ ਸਾਰਾ ਜੀਵਨ ਬੌਲੀ ਸੀ ਜਿੰਨੀ ਦੇਰ ਗੁਰਦਾ ਗੱਦੀ ਤੇ ਬਿਰਾਜਮਾਨ ਨਹੀਂ ਸੀ ਅਣਥੱਕ ਸੇਵਾ ਕੀਤੀ ਮੈਨੇ ਵੀ ਸਹੇ ਸੰਸਾਰ ਤੇ ਪਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਦਿਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਤਖਤ ਤੇ ਬਿਠਾ ਕੇ ਮੱਥਾ ਟੇਕ ਦਿੱਤਾ ਉਹ ਭਲਿਓ ਉਹ ਧਿਆਨ ਦਿਓ 80 84 ਸਾਲ ਦਾ ਬਜ਼ੁਰਗ ਆਪਣੇ ਜਵਾਈ ਨੂੰ ਮੱਥਾ ਟੇਕਦਾ ਪਿਆ ਜਵਾਈ ਸਨ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਕਿਤੇ ਸੁਣਿਆ ਹੀ ਤਾਂ शब्द निरंजन शब्द ने निरंकार तक पहुंचा दिता निरंकार का यूप कर दिता शब्द का ही प्रकाश होना ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਹ ਤਤੀ ਤਵੀ ਤੇ ਬੈਠਣ ਤੋਂ ਪਹਿਲਾਂ ਹੀ ਬਾਬਾ ਬੁੱਢਾ ਜੀ ਨੂੰ ਕਹਿ ਗਏ ਸਨ ਗੁਰਦਾ ਗੱਦੀ ਬਖਸ਼ ਗਏ ਸਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ 9 ਸਾਲ ਦੀ ਉਮਰ 'ਚ 11 ਸਾਲ ਦੀ ਮੱਥਾ ਟੇਕ ਦਿੱਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਧੰਨ ਗੁਰੂ ਹਰ ਰਾਏ ਸਾਹਿਬ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਿਰ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਜਿਨ੍ਹਾਂ ਦਾ ਸਾਡੇ 300 ਸਾਲਾਂ ਅੱਜ ਅਸੀਂ ਸਾਰੇ ਮਨਾ ਰਹੇ ਉਹ ਦੇਖੋ ਕਮਾਲ ਉਹ ਅੱਜ ਕਲਗੀਆਂ ਵਾਲੇ ਨੇ ਰਹਿਮਤਾਂ ਵਰਸਾਈਆਂ ਨੇ ਪੰਜ ਪਿਆਰੇ ਸਾਜੇ ਉਹ ਪੰਜ ਪਿਆਰੇ ਸਾਜੇ ਆਪ ਗੁਰੂ ਸਨ ਹੁਣ ਪੰਜ ਪਿਆਰਿਆਂ ਦੇ ਗੋਡੇ ਲਾ ਕੇ ਬਹਿ ਗਏ ਨੇ ਭਾਈ ਸਾਹਿਬ ਕਹਿ ਰਹੇ ਸਨ ਨਾ ਮੇਰੇ ਤੋਂ ਪਹਿਲਾਂ ਸਟੇਜ ਕੱਤਰ ਹੁਣ ਆਪ ਗੋਡੇ ਲਾ ਕੇ ਬਹਿ ਗਏ ਨੇ ਜਿਹੜੀ ਅੰਮ੍ਰਿਤ ਦੀ ਦਾਤ ਤੁਸਾਂ ਛਕੀਏ ਮੇਰੀ ਵੀ ਝੋਲੀ ਵਿੱਚ ਪਾਓ ਦੇਖਿਆ ਜੇ ਐਸਾ ਜੀ ਕਿਧਰੇ ਵਾਰ ਵਾਰ ਨਾ ਜਾਈਏ ਵਾਰ ਵਾਰ ਨਾ ਜਾਈਏ ਐਸਾ ਗੁਰੂ ਨਹੀਂ ਲੱਭਣਾ ਇਹ ਕਮਾਈ ਕਿਹਦੀ ਇਹ ਸਾਰੀ ਸ਼ਬਦ ਦੀ ਸ਼ਬਦ ਨਿਰੰਜਨ ਕੀਆ ਸ਼ਬਦ ਨਿਰੰਜਨ ਕੀ ਸ਼ਬਦ ਨਿਰੰਜਨ ਕੀਆ ਸ਼ਬਦ ਨਿਰੰਜਨ ਕੀਆ ਵਖਿਆਣ ਜਾਣੇ ਜੇ ਕੋਈ ਵਖਿਆਣ ਜਾਣੇ ਜੇ ਕੋਈ ਵਖਿਆਣ ਜਾਣੇ ਜੇ ਕੋਈ ਵਖਿਆਣ ਜਾਣੇ ਜੇ ਕੋਈ ਅੰਮ੍ਰਿਤ ਅੰਮ੍ਰਿਤ ਪੀਵੇ ਸੋਈ ਅੰਮ੍ਰਿਤ ਪੀਵੇ
ਅੰਮ੍ਰਿਤ ਪ੍ਰਗਟਿਆ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆ ਬਣਹਾਰੇ
بہت ہی پیار وچ میرے ہم نیم تجندر سنگھ جی راجہ ویر جی یہ مینوں کہہ کے میرے کان چ آ گیا بھی بھائی صاحب سماں کھلا ہے جنہ مرضی لاؤ پر مینوں پتہ ہے کہ آپ سنتاں وی کدے نہ کدے سب نے جانا ہو سکدا ہے سب دیاں مجبوریاں پھر راتری دے دیوان نے پھر تسی جڑنا ہے میرے تو بڑے چنگے چنگے پیارے پیارے کیرتنی ودوان انہوں نے تہاڈے چرن پرسن آنا ہے کیونکہ میری مجبوری ہے میں دلی واپس جانا ہے اج کل پھر میں تہاڈے کول ایتھے واپس آ کے تہاڈے جوڑے چاہ اٹھو نا بیٹھو ہلے دو منٹ بہ جاؤ کر دیو کرپا جے نا دو چار منٹ بہ جاؤ تے پھر کل میں واپس آ کے تہاڈے جوڑے چاہ میں جنی شفت کرنا نا سچ کہاں ٹھاکر سنگھ جی ترلوچن سنگھ ویر جی تجندر سنگھ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਮੇਰੇ ਪਿਤਾ ਜੀ ਦਾ ਨਾਮ ਵੀ ਤਰਲੋਚਨ ਸਿੰਘ ਸੀ ਹੁਣ ਇਸ ਦੁਨੀਆ ਵਿੱਚ ਨਹੀਂ ਨੇ ਸਤਿਗੁਰ ਦੇ ਚਰਨਾਂ ਵਿੱਚ ਜਾ ਰਹੇ ਤੇ ਅਸੀਂ ਹਮ ਨੇਮ ਮੈਨੂੰ ਬੜਾ ਪਿਆਰਾ ਵੀ ਲੱਗਦਾ ਬੱਚਾ ਮੈਂ ਇੱਕੋ ਵਾਰੀ ਕਿਹਾ ਇਹਨੂੰ ਮੈਂ ਦੀ ਮਜਬੂਰੀ ਹੈ ਮੈਂ ਉੱਥੇ ਟਾਈਮ ਪਹਿਲਾਂ ਦਿੱਤਾ ਹੋਇਆ ਸੀ ਮੇਰੇ ਚਿੱਤ 'ਚ ਨਹੀਂ ਰਿਹਾ ਉਹ ਸਮਾਗਮ ਵੀ ਕਾਫੀ ਸਾਲਾਂ ਤੋਂ ਰੈਗੂਲਰ ਅਸੀਂ ਉੱਥੇ ਉਹਨਾਂ ਦੇ ਜਾਂਦੇ ਹਾਂ ਦਿੱਲੀ ਬਹੁਤ ਵੱਡੇ ਪੱਧਰ 'ਤੇ ਰਹਿਣ ਸਵਾਈ ਕਰਦੇ ਹਾਂ ਇਹ ਸਾਡਾ ਮੇਰਾ ਟਾਈਮ ਵੀ ਉਹਨਾਂ ਨੇ ਬੜਾ ਪੀਕ ਰੱਖਿਆ ਕਿ ਨਹੀਂ ਤੁਸੀਂ ਨਾ ਆਏ ਤਾਂ ਉਹ ਨਾਰਾਜ਼ ਹੋ ਗਏ ਸੀ ਤੁਸੀਂ ਕਿਉਂ ਦੇ ਦਿੱਤਾ ਜੈਪੁਰ ਮੈਂ ਸੋਚਿਆ ਸੀ ਇਹਨਾਂ ਨੂੰ ਕਹਾਂਗੇ ਮੈਨੂੰ ਐਤਕੀ ਮਾਫੀ ਦੇ ਦਿਓ ਫਿਰ ਮੈਂ ਸੋਚਿਆ ਇੱਕ ਵਾਰੀ ਇਹਨਾਂ ਨੂੰ ਬੇਨਤੀ ਕਰਕੇ ਦੇਖ ਲੈਣਾ ਜੇ ਮੰਨ ਜਾਣ ਵੀ 24 ਤਰੀਕ ਦੀ ਮੈਨੂੰ ਰਾਤ ਦੀ ਛੁੱਟੀ ਦੇ ਦਿੰਦੇ ਇਹਨਾਂ ਦਾ ਦੋਸ਼ ਨਾ ਕੋਈ ਵੀ ਗਿਣਿਓ ਮੇਰਾ ਹੀ ਦੋਸ਼ ਹੈ ਸਾਰਾ ਇਹਨਾਂ ਨੇ ਇੰਨਾ ਮੈਨੂੰ ਕੋਪਰੇਟ ਕੀਤਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਕੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀਆਂ ਕਰਾਂ ਅੰਦਰ ਨੂੰ ਮਿਟਾ ਕੇ ਸੇਵਾ ਕਰਦੇ ਨੇ ਹੰਕਾਰ ਚ ਨਹੀਂ ਜਾਂਦੇ ਮਨ ਨੀਵਾਂ ਰੱਖਦੇ ਨੇ ਇਹ ਨੀਵੇਂ ਮਨ ਕਰਕੇ ਹੀ ਅੱਜ ਇੰਨੇ ਫਲ ਨੇ 31 ਫਲ ਇਸ ਸਮਾਗਮ ਨੂੰ ਲੱਗੇ ਨੇ 31 ਫਲ 31ਵਾਂ ਸਮਾਗਮ ਆਪਾਂ ਕਰ ਰਹੇ ਹਾਂ ਤੇ ਮੈਂ ਰਾਤੀ ਵੀ ਤੁਹਾਨੂੰ ਕਿਹਾ ਸੀ ਹਰ ਸਮਾਗਮ ਜਿਹੜਾ ਹੈ ਨਾ ਦਿਨ ਪ੍ਰਤੀ ਦਿਨ ਚੜ੍ਹਦੀ ਕਲਾ 'ਚ ਜਾ ਰਿਹਾ ਸਾਲ ਦਰ ਸਾਲ ਇਹ ਇੰਪਰੂਵ ਕਰਦੇ ਨੇ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਫਿਰ ਹੋਰ ਇੰਪਰੂਵ ਕਰਦੇ ਨੇ ਹੋਰ ਇੰਪਰੂਵ ਕਰਦੇ ਨੇ ਅੱਜ ਇਹ ਇਸ ਸਮਾਗਮ ਨੂੰ ਬਿਲਕੁਲ ਹਾਈਟ 'ਤੇ ਲਿਆ ਮੇਰੇ ਖਿਆਲ ਦੇ ਵਿੱਚ ਸਾਰੇ ਰਾਜਸਥਾਨ ਵਿੱਚ ਇਸ ਤਰ੍ਹਾਂ ਦਾ ਸਮਾਗਮ ਦੂਜਾ ਜੇ ਕੋਈ ਨਹੀਂ ਹੁੰਦਾ ਮੈਂ ਸਭ ਪਾਸੇ ਜਾ ਰਿਹਾ ਸਾਰੇ ਸਮਾਗਮ ਅਟੈਂਡ ਕੀਤੇ ਨੇ ਕੋਟੇ ਵੀ ਸਭ ਪਾਸੇ ਜਿੱਥੇ ਜਿੱਥੇ ਵੀ ਸਮਾਗਮ ਹੁੰਦੇ ਨੇ ਤੇ ਇਨਕਾਰ ਨਾ ਕਰਨਾ ਇਸ ਗੱਲ ਦਾ ਇਹ ਮੇਰੇ ਪਾਤਸ਼ਾਹ ਦੀ ਤੁਹਾਨੂੰ ਵਡਿਆਈ ਹੈ ਜਿੰਨਾ ਨੀਵਾਂ ਹੋਵੋਗੇ ਉਹਨਾਂ ਉੱਪਰ ਮਹਾਰਾਜ ਤੁਹਾਨੂੰ ਚੱਕ ਲੈਣਾ ਨੀਵੇਂ ਹੁੰਦੇ ਜਾਇਓ ਇੱਥੇ ਕੋਈ ਵੀ ਕਈ ਵਾਰ ਆ ਕੇ ਬੋਲ ਕਬੋਲ ਵੀ ਬੋਲ ਜਾਂਦਾ ਨਾ ਸਹਾਰ ਲਿਓ ਇਹ ਬੜਾ ਹੀ ਵੱਡਾ ਤੱਪਾ ਸਰ ਤਪਸੇ ਬਸ ਮਾਫੀ ਮੰਗਦੇ ਜਾਇਓ ਕਹੋ ਜੀ ਅਸੀਂ ਤਾਂ ਬੋਲਣਾ ਸਾਡੇ ਕੋਲ ਤਾਂ ਗਲਤੀਆਂ ਹੁੰਦੀਆਂ ਰਹਿਣੀਆਂ ਤੁਸੀਂ ਸਾਨੂੰ ਸੀਸ ਦਿਓ ਅਸੀਂ ਅੱਗੋਂ ਨਾ ਕਰਨਾ ਬਸ ਸਿੱਖਦੇ ਜਾਇਓ ਤੇ ਫਿਰ ਮਹਾਰਾਜ ਦੀ ਖੁਸ਼ੀ ਲੈ ਜਾਓਗੇ ਤੇ ਇਸ ਸਮਾਗਮ ਦਾ ਜਿਹੜਾ ਅਸਲ ਮਨੋਰਥ ਹੈ ਗੁਰੂ ਕੀਆਂ ਸੰਗਤਾਂ ਨੂੰ ਚਰਨਾਂ ਨਾਲ ਜੋੜਨ ਦਾ ਉਹਦਾ ਫਲ ਬੜਾ ਹੀ ਵੱਡਾ ਜੇ ਤੁਹਾਡੀ ਝੋਲੀ ਪੈ ਜਾਂਦਾ
ਤੇ ਪੀੜੀਆਂ ਦਰ ਪੀੜੀਆਂ ਬੈ ਕੇ ਖਾਣਾ ਮੁੱਕਣਾ ਹੀ ਨਹੀਂ ਮੁੱਕਣਾ ਹੀ ਇੰਨਾ ਫਲ ਹੈ ਗੁਰੂ ਬਖਸ਼ਿਸ਼ ਕਰੇ ਇਹ ਬੱਚੇ ਨੇ ਮੈਨੂੰ ਹੁਕਮ ਲਾਇਆ ਸੀ ਸ਼ਬਦ ਦਾ ਵੈਸੇ ਤਾਂ ਬਹੁਤ ਸਾਰੀਆਂ ਸੰਗਤਾਂ ਨੇ ਮੈਨੂੰ ਬਹੁਤ ਸਾਰੇ ਸ਼ਬਦਾਂ ਦੇ ਹੁਕਮ ਵਟਸਐਪ ਤੇ ਫੇਸਬੁੱਕ ਤੇ ਮੇਰੇ ਕੋਲ ਆਏ ਹੋਏ ਨੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਹੈ ਗੱਲ ਇਹਨੂੰ ਰੋਕੋ ਕੀਰਤਨੀ ਦੀ ਆਪਣੀ ਇੱਕ ਅੰਦਰ ਦੀ ਅਵਸਥਾ ਹੈ ਯਤਨ ਕਰੋ ਹਰ ਕੀਰਤਨੀਆਂ ਤੁਹਾਨੂੰ ਸਿਰਫ ਸੀਡੀਆਂ ਵਾਲੇ ਸ਼ਬਦ ਹੀ ਨਾ ਸੁਣਾਈ ਜਾਵੇ ਨਵੀਂ ਖੋਜ ਵੀ ਕਰੇ ਨਾ ਕੋਈ ਤੁਸੀਂ ਸੀਡੀਆਂ ਇਸੇ ਕਰਕੇ ਬਣਾਈਆਂ ਜਿੰਨੀ ਵਾਰੀ ਮਰਜ਼ੀ ਘਰ ਬਹਿ ਕੇ ਸੁਣੋ ਲੱਖ ਲੱਖ ਵਾਰ ਸੁਣੋ ਰੱਜ ਰੱਜ ਕੇ ਸੁਣੋ ਸਗੋਂ ਰਾਗੀ ਨੂੰ ਕੋਈ ਤੁਹਾਡੇ ਕੋਲ ਆਇਆ ਨਾ ਕੁਝ ਸਾਨੂੰ ਤਾਂ ਨਵੇਂ ਸ਼ਬਦ ਸੁਣਾਓ ਅੱਜ ਉਹ ਮਿਹਨਤ ਕਰੇਗਾ ਉਹ ਯਤਨ ਕਰੇਗਾ ਮੈਂ ਚੁੱਭੀ ਲਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੱਲੇ ਅਮਰ ਕੀਰਤਨ ਦੇ ਸ਼ਬਦ ਹੀ ਨਾ ਪੜ੍ਹਦੇ ਰਹੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੰਨੇ ਸ਼ਬਦ ਨੇ ਇੰਨੀਆਂ ਅਗਾਧ ਬੋਧ ਬਾਣੀਆਂ ਪੜ੍ਹਦੇ ਜਾਓਗੇ ਤਾਂ ਸਮਾਧ ਹੀ ਹੁੰਦੇ ਇੰਨਾ ਆਨੰਦ ਖੈਰ ਮੈਂ ਸਮਾਂ ਜ਼ਿਆਦਾ ਨਾ ਲਵਾਂ ਬਹੁਤ ਸਾਰੇ ਸ਼ਬਦ ਨੇ ਮੈਨੂੰ ਲਿਸਟ ਬੜੀ ਲੰਬੀ ਆ ਤੁਹਾਡੀ ਤੇ ਜੇ ਮੈਂ ਸ਼ਾਮ ਤੱਕ ਵੀ ਬੈਠਾ ਰਹਾਂਗਾ ਤਾਂ ਮੈਨੂੰ ਏਦਾਂ ਲੱਗਦਾ ਮੈਂ ਭਾਈ ਸਾਹਿਬ ਨੂੰ ਕਹਿੰਦਾ ਕਹਿੰਦਾ ਟਾਈਮ ਵਧਾ ਦਿਓ ਥੋੜ੍ਹਾ ਜਿਹਾ ਮੈਂ ਇੱਕ ਦੋ ਸ਼ਬਦ ਸੋਚਦਾ ਵੀ ਪੜ੍ਹ ਦਵਾਂ ਸੰਗਤਾਂ ਜਿਵੇਂ ਅਤੁੱਤਮ ਹਰ ਨਾਮ ਹੈ ਮੇਰੀ ਜਿੰਦੜੀ ਏ ਤੁਸੀਂ ਬਹੁਤ ਪਿਆਰ ਕਰਦੇ ਹੋ ਉਸ ਸ਼ਬਦ ਨੂੰ ਜਾਂ ਜਿਵੇਂ ਸਭ ਰਾਜਨ ਕਰਾਇਆ ਭਾਈ ਸਾਹਿਬ ਨੇ ਮੈਨੂੰ ਹੁਕਮ ਲਾਇਆ ਕੱਲ੍ਹ ਵੀ ਆਪਾਂ ਪੜ੍ਹਾਂਗੇ ਕੁਛ ਇੱਦਾਂ ਦਾ ਨਵਾਂ ਜੋ ਤੁਸੀਂ ਪਹਿਲਾਂ ਨਹੀਂ ਸੁਣਿਆ ਤੇ ਯਤਨ ਕਰਾਂਗੇ ਗੁਰੂ ਸਾਹਿਬ ਦਰਸ ਕਰਨਗੇ ਆਪੇ ਸੇਵਾ ਲੈ ਲੈਣਗੇ ਤੇ ਕਈ ਵਾਰੀ ਨਵੀਂ ਚੀਜ਼ ਜਿਹੜੀ ਹੁੰਦੀ ਹੈ ਨਾ ਪੜ੍ਹਨ ਲੱਗਿਆ ਰਾਗੀ ਵੀ ਡਰਦਾ ਵੀ ਕਿਤੇ ਪਤਾ ਨਹੀਂ ਠੀਕ ਪੜੀ ਜਾਏਗੀ ਕਿ ਨਹੀਂ ਅੱਜ ਪਹਿਲੀ ਵਾਰ ਦੇ ਪੜ੍ਹ ਇਹ ਸ਼ਬਦ ਮੈਂ ਪਹਿਲੀ ਵਾਰ ਪੜਿਆ ਤੁਹਾਡੇ ਕੋਲ ਪਰ ਮੈਂ ਕਹਿੰਦਾ ਕਈ ਵਾਰੀ ਨਾ ਸਾਹਿਬ ਇੰਨਾ ਹੀ ਤਰਸ ਕਰ ਲੈਂਦੇ ਨੇ ਇੰਨਾ ਤਰੁੱਠ ਜਾਂਦੇ ਨੇ ਨਾ ਬਸ ਮੁੱਕੀ ਜਾਂਦਾ ਆਪਣਾ ਗਲਾ ਗੋਲਾ ਤੇ ਬਾਬਾ ਜੀ ਆਪ ਹੀ ਵਰਤੀ ਜਾਂਦੇ ਨੇ ਆਪ ਹੀ ਬੋਲਦੇ ਨੇ ਆਪੇ ਕੰਡਾ ਤੋਲਤਰਾ ਜੀ ਆਪੇ ਤੋਲ ਮਹਾਰਾ ਆਪੇ ਦੇਖਾ ਆਪੇ ਪੂਜਾ ਆਪੇ ਹੈ ਬਣਜਾਰਾ ਮੇਰੇ ਵਰਗਾ ਦੇ ਅੰਨਾ ਜਿਹੜਾ ਮੈਂ ਕਰਦਾ ਅੰਦਲਾ ਨੀਚ ਜਾਤ ਪਰਦੇਸੀ ਖਿਨਾ ਆਵੇ ਤੁਰ ਜਾਵੇ ਤਾਂਕੀ ਸੰਗਤ ਨਾਨਕ ਰਹਿਤਾ ਕਿਉਂ ਕਰ ਮੂਹਰਾ ਬਖਸ਼ਿਸ਼ ਕਰਦੇ ਕਿਤੇ ਗੁਰੂ ਨਾ ਅਸੀਂ ਗੁਰੂ ਕੇ ਹਿਰਦੇ ਨੂੰ ਜਾਣ ਲਈਏ ਗੁਰੂ ਕਾ ਹਿਰਦਾ ਬੜਾ ਹੀ ਕਮਾਲ ਦਾ ਸੀ ਗੁਰੂ ਕਾ ਹਿਰਦਾ ਮੈਂ ਰਾਤੀ ਵੀ ਕਿਹਾ ਸੀ ਤੁਹਾਨੂੰ ਨਾ ਤੱਤੀ ਤਵੀ ਤੇ ਬਹਿ ਕੇ ਵੀ ਉਹਨਾਂ ਦੀ ਤਾਰ ਨਹੀਂ ਟੁੱਟੀ ਨਿਰਨਕਾਰ ਨਾਲ ਲਾਂਬਾ ਨਹੀਂ ਸੀ ਸਾੜ ਨਹੀਂ ਸੀ ਸਰੀਰ ਨੂੰ ਸਰੀਰ ਦੇ ਸਾੜ ਤੋਂ ਉੱਪਰ ਉਹਨਾਂ ਦੀ ਲਿਵ ਸੀ ਜਿਹੜੀ ਨਿਰਨਕਾਰ ਨਾਲ ਲੱਗੀ ਸੀ ਇਸੇ ਕਰਕੇ ਉਹਨਾਂ ਨੇ ਉੱਥੇ ਬਹਿ ਕੇ ਕਿਹਾ ਤੇਰਾ ਕਿਹਾ ਮਿੱਠਾ ਲੱਗਿਆ ਕਹਿ ਸਕਦੇ ਆਪਾਂ ਕੋਈ ਆਪਾਂ ਨਹੀਂ ਕਹਿ ਸਕਦੇ ਵੱਡਿਆਂ ਭਾਗਾਂ ਵਾਲਿਆਂ ਸਾਨੂੰ ਐਸਾ ਗੁਰੂ ਮਿਲਿਆ ਮਾਣ ਕਰੀਏ ਆਪਣੇ ਇਸ ਇਤਿਹਾਸਿਕ ਸਿੱਖ ਵਿਰਸੇ ਤੇ ਕਿਸੇ ਕੋਲ ਨਹੀਂ ਜੇ ਅਸੀਂ ਵੱਡਿਆਂ ਭਾਗਾਂ ਵਾਲਿਆਂ ਸੱਚੇ ਪਾਤਸ਼ਾਹ ਸਾਨੂੰ ਤੁਸੀਂ ਸਿੱਖੀ ਬੱਚੀ ਆ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸ਼ਬਦ ਪੜ੍ਹਨ ਤੋਂ ਬਾਅਦ ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਭਲਿਓ ਤਿਆਗ ਦਿਓ ਆਪਣੀ ਮਨ ਦੀ ਮਤ ਨੂੰ ਗੁਰੂ ਕੀ ਮਤ ਲੈ ਲਓ ਸਕੂਲ ਵਿੱਚ ਐਡਮਿਸ਼ਨ ਲਓ ਜਿਹੜੇ ਕਹਿੰਦੇ ਨੇ ਰਹਿਤ ਨਹੀਂ ਰੱਖੀ ਜਾਏਗੀ ਮੈਂ ਚੱਲ ਨਹੀਂ ਸਕਾਂਗਾ ਮੈਂ ਇਹ ਨਹੀਂ ਕਰ ਸਕਾਂਗਾ ਓਏ ਮੂਰਖਾ ਆਪਾਂ ਥੋੜੀ ਕੁਝ ਕਰ ਸਕਦੇ ਹਾਂ ਆਪਾਂ ਕਰ ਹੀ ਨਹੀਂ ਸਕਦੇ ਕੁਝ ਆਪਾਂ ਨੂੰ ਕੀ ਆਉਂਦਾ ਆਪਣੇ ਕੋਲ ਕੋਈ ਗੁਣ ਨਹੀਂ ਕੋਈ ਕਾਬਲੀਅਤ ਨਹੀਂ ਜਦੋਂ ਆਪਾਂ ਸਕੂਲ ਗਏ ਸੀ ਪੜ੍ਹਨ ਵਾਸਤੇ ਨਿੱਕੇ ਜਿਹੇ ਹੁੰਦੇ ਸੀ ਆਪਾਂ ਨੂੰ ਕੋਈ ਉਦੋਂ ਆਉਂਦਾ ਸੀ ਆਪਾਂ ਕਹਿੰਦੇ ਸੀ ਵੀ ਅਸੀਂ ਅੰਗਰੇਜ਼ੀ ਪੜ੍ਹ ਲਾਂਗੇ ਜਾਂ ਅਸੀਂ ਸਾਇੰਸ ਪੜ੍ਹ ਲਾਂਗੇ ਆਪਾਂ ਕਹਿੰਦੇ ਸੀ ਨਾ ਨਹੀਂ ਨਹੀਂ ਇਹ ਬੜਾ ਔਖਾ ਕੰਮ ਹੈ ਪਰ ਉੱਥੇ ਗਏ ਤੇ ਆ ਗਿਆ ਪੜ੍ਹਨਾ ਇਸੇ ਤਰ੍ਹਾਂ ਸਕੂਲ ਵਿੱਚ ਐਡਮਿਸ਼ਨ ਲੈ ਲਾਂਗੇ ਨਾ ਮੇਰਾ ਗੁਰੂ ਆਪੇ ਸਾਨੂੰ ਸਿਖਾ ਦੇਗਾ ਧੰਨ ਧੰਨ ਗੁਰੂ ਗੁਰ ਸਤਿਗੁਰ ਪਾਧਾ ਗੁਰੂ ਟੀਚਰ ਹੈ ਸਾਡਾ ਪਾਧਾ ਭਾਵ ਟੀਚਰ ਉਹ ਸਾਡਾ ਟੀਚਰ ਹੈ ਜਿਨ ਹਰ ਉਪਦੇਸ਼ ਦੇ ਹਰ ਕੀ ਇਹ ਸਿਆਣੇ ਉਹ ਸਾਨੂੰ ਸਿਆਣਾ ਕਰ ਲੇਗਾ ਮੇਰੇ ਰਾਮ ਹਰ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ ਅਸੀਂ ਤਾਂ ਨਿਆਣੇ ਆ ਸੱਚੇ ਪਾਤਸ਼ਾਹ ਤੇਰੇ ਸਕੂਲ ਦੇ ਵਿੱਚ ਸਾਨੂੰ ਆਉਂਦਾ ਜਾਂਦਾ ਹੀ ਕੱਖ ਨਹੀਂ ਪਰ ਤੂੰ ਕਿਹਦਾ ਕਿਰਪਾ ਕਰੇਗਾ ਨਾ ਤਰਸ ਕਰੇਗਾ ਤੇ ਬੁਲਾ ਲਏਗਾ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਹੋਰ ਕਹਿ ਕੇ ਨਾ ਸ਼ਬਦ ਬਚਾਵਾਂ ਫਿਰ ਸਮਾਪਤੀ ਕਰ ਦਿਆਂਗਾ ਮੈਂ ਛੋਟਾ ਜਾਂਦਾ ਸੀ ਨਾ ਅਸੀਂ ਤੇ ਪ੍ਰਭਾਤ ਫੇਰੀਆਂ 'ਚ ਗਾਉਂਦੇ ਹੁੰਦੇ ਸੀ ਨਿੱਕੇ ਨਿੱਕੇ ਬੱਚੇ ਜਿਵੇਂ ਇੱਥੇ ਬੈਠੇ ਗਾਉਂਦੇ ਨੇ ਨਾ ਤੇ ਜਦੋਂ ਡਾਕਟਰ ਤੇਜਿੰਦਰਪਾਲ ਸਿੰਘ ਦੂਲਾ ਵੀਰ ਜੀ ਨੇ ਕੀਰਤਨ ਕਰਨਾ ਨਾ ਮੈਨੂੰ ਬੜੀ ਲੋੜ ਆਉਂਦੀ ਹੁੰਦੀ ਸੀ ਮੈਂ ਅੱਗੇ ਬਹਿ ਜਾਂਦਾ ਸੀ ਇਹਨਾਂ ਨੂੰ ਤੇ ਹੱਥ 'ਚ ਮੈਂ ਵਾਕਮੈਨ ਫੜ ਕੇ ਰਿਕਾਰਡਿੰਗ ਕਰਦਾ ਹੁੰਦਾ ਸੀ ਤੇ ਮੈਂ ਕਹਿੰਦਾ ਹੁੰਦਾ ਸੀ ਸੱਚੇ ਪਾਤਸ਼ਾਹ ਕਦੇ ਮੈਂ ਵੀ ਇੱਦਾਂ ਦਾ ਕੀਰਤਨ ਕਰਨ ਇੱਦਾਂ ਕਹਿੰਦਾ ਹੁੰਦਾ ਸੀ ਆਪਣੇ ਅੰਦਰ ਅੰਦਰ ਗੁਰੂ ਸਾਹਿਬ ਮੈਂ ਕਦੇ ਇੱਦਾਂ ਦਾ ਕੀਰਤਨ ਕਰੂੰਗਾ ਸੱਚ ਕਹਿੰਦਾ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਮੈਂ ਤੁਹਾਡੇ ਇੱਥੇ ਬੈਠਣ ਦੇ ਵੀ ਕੰਮ ਜਾਂ ਲਾਇਕ ਮੇਰੇ ਕੋਲ ਕੋਈ ਗੁਣ ਨਹੀਂ ਹੈ ਸ਼ਾਇਦ ਇਹ ਮੇਰੇ ਨਿਰਨਕਾਰ ਦਾ ਕੋਈ ਤਰਸ ਸੀ ਉਹ ਤਰਲਾ ਉਸ ਦਿਨ ਦਾ ਨਿਕਲਿਆ ਹੋਇਆ ਪ੍ਰਵਾਨ ਹੋ ਗਿਆ ਗੁਰੂ ਨੇ ਇੱਥੇ ਲਿਆ ਕੇ ਲਿਆ ਬੜੇ ਪਾਪੜ ਵੇਲੇ ਆਪਾਂ ਬੜੇ ਕੰਮ ਕੀਤੇ ਕੋਈ ਦੁਨੀਆ ਦਾ ਐਸਾ ਕੰਮ ਨਹੀਂ ਨਾਲ ਉਹ ਮੈਂ ਕੀਤਾ ਹੋਏ ਸੱਚ ਕਹਿੰਦਾ ਤੁਹਾਨੂੰ ਗੁਰੂ ਦੀ ਗੋਦ ਵਿੱਚ ਬਹਿ ਕੇ ਬੜੀਆਂ ਠੱਗੀਆਂ ਮਾਰੀਆਂ ਬੇਈਮਾਨੀਆਂ ਕੀਤੀਆਂ ਬਣਿਆ ਕੱਖ ਨਹੀਂ ਜਿਹੜਾ ਕੁਝ ਕੋਲ ਸੀ ਉਹ ਵੀ ਲੈ ਗਿਆ ਪਾਤਸ਼ਾਹ ਕਹਿੰਦੇ ਹੁਣ ਥੱਕ ਗਏ
ਹਾਰ ਗਿਆ ਬਹਿ ਕੇ ਮੈਂ ਕਿਹਾ ਜੀ ਹਾਰ ਗਿਆ ਕਹਿੰਦੇ ਹੁਣ ਤੇਰਾ ਯਤਨ ਤਾਂ ਨਹੀਂ ਕੋਈ ਬਾਕੀ ਮੈਂ ਕਿਹਾ ਆਈ ਨਹੀਂ ਬਾਕੀ ਪੱਲੇ ਕੁਛ ਨਹੀਂ ਦੇਖੀ ਤੇਰਾ ਕਹਿੰਦਾ ਚੰਗਾ ਫਿਰ ਆ ਜਾ ਵਾਪਸ ਮੁੜਿਆ ਇਹ ਸੱਚ ਕਹਿੰਦਾ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਬੈਠ ਕੇ ਗੱਲਾਂ ਹੋਈਆਂ ਕਹਿੰਦੇ ਮੁੜਿਆ ਫਿਰ ਵਾਪਸ ਮੈਂ ਕਿਹਾ ਜੀ ਆ ਗਿਆ ਕਹਿੰਦਾ ਨਹੀਂ ਅਜੇ ਕੋਈ ਸਿਆਣਪ ਵੀ ਲੱਗਦੀ ਪਈ ਆ ਤੈਨੂੰ ਸ਼ੰਕਾ ਹੈ ਕੋਈ ਮੈਂ ਕਿਹਾ ਜੀ ਸ਼ੰਕਾ ਤੇ ਇੱਕੋ ਹੀ ਹੈ ਵੀ ਜਿਹੜੇ ਜੱਥੇ ਦੇ ਸਿੰਘ ਮੇਰੇ ਨਾਲ ਪੁਰਾਣੇ ਲੱਗੇ ਨੇ ਉਹ ਮੇਰੇ ਨਾਲ ਰਾਜੀ ਨਹੀਂ ਹੋਣਗੇ ਕੀ ਕਰਾਂ ਹੁਣ ਮੈਂ ਇੱਧਰ ਜੇ ਮੈਂ ਆ ਗਿਆ ਵੀ ਉਹਨਾਂ ਨੂੰ ਨਾਰਾਜ਼ ਹੋ ਕਹਿੰਦੇ ਫਿਰ ਐਂ ਕਰ ਕੋਈ ਨਹੀਂ ਤੂੰ ਆਪਣਾ ਸ਼ੰਕਾ ਦੂਰ ਕਰ ਲੈ ਮੈਂ ਕਿਹਾ ਜੀ ਮੇਰੇ ਕੋਈ ਸਾਧਨ ਕਿਵੇਂ ਕਰਾਂ ਕਹਿੰਦੇ ਕੋਈ ਨਹੀਂ ਆਜੂਗਾ ਸਾਧਨ ਅਗਲੇ ਦਿਨ ਅੰਮ੍ਰਿਤ ਵੇਲੇ ਉੱਠਿਆ ਮਹਾਰਾਜ ਨੇ ਅੰਦਰ ਫੁਰਨਾ ਪਾਤਾ ਆਪਣਾ ਸ਼ੰਕਾ ਕਲੀਅਰ ਕਰ ਲਿਆ ਮੈਂ ਪਰਚੀਆਂ ਲਿਖੀਆਂ ਪਾਤੀਆਂ ਮਹਾਰਾਜ ਨੇ ਮਹਾਰਾਜ ਕਹਿੰਦੇ ਇਸ ਲਾਈਨ 'ਤੇ ਚੱਲ ਆਪੇ ਸਾਰੇ ਗੁੱਸੇ ਵੀ ਮੰਨ ਜਾਣਗੇ ਉਹ ਮਹਾਰਾਜ ਨੇ ਮਨਾ ਲਏ ਆਪੇ ਹੀ ਮੰਨ ਗਏ ਸਾਰੇ ਸੱਚੇ ਪਾਤਸ਼ਾਹ ਨੇ ਇੱਥੇ ਪੁੱਛਿਆ ਔਰ ਸੱਚ ਕਹਿਣਾ ਪਰਿਵਾਰਕ ਪਿਛੋਕੜ ਭਾਵਾਂ ਬਹੁਤ ਹੀ ਅਮੀਰ ਵਿਰਸਾ ਹੈ ਪਰ ਤੁਹਾਡਾ ਇਹ ਵੀਰ ਤੁਹਾਡਾ ਇਹ ਬੱਚਾ ਤੁਹਾਡਾ ਇਹ ਭਰਾ ਬਹੁਤ ਗਰੀਬ ਹੈ ਹਰ ਪੱਖ ਤੋਂ ਗਰੀਬ ਹੈ ਤੁਸੀਂ ਅੰਦਰ ਦੀ ਅਰਦਾਸ ਕਰਿਓ ਕਿ ਅੰਦਰ ਦੀ ਇਹ ਗਰੀਬੀ ਬਣੀ ਰਹੇ ਕਿਉਂਕਿ ਬਚਪਨ ਦਾ ਉਹ ਸਾਰਾ ਔਖਾ ਵੇਲਾ ਦੇਖ ਕੇ ਨਾ ਉਹ ਸਮਝ ਆਉਂਦੀ ਹੈ ਕਿ ਇਸ ਕਰਕੇ ਦਿਖਾਇਆ ਮਹਾਰਾਜ ਨੇ ਵੀ ਐਵੇਂ ਹੰਕਾਰ ਚ ਨਾ ਉੱਡਿਆ ਫਿਰੀ ਜਦੋਂ ਮਹਾਰਾਜ ਨੇ ਵਡਿਆਈਆਂ ਦੇਣੀਆਂ ਧਿਆਨ ਦੇਣਾ ਕਈ ਗੱਲਾਂ ਨਾ ਮੇਰਾ ਚਿੱਤ ਕਰਦਾ ਹੁੰਦਾ ਤੁਹਾਡੀਆਂ ਜੋ ਗੁਰੂ ਤੋਂ ਨਾ ਅਨੁਭਵ ਤੋਂ ਸਮਝ ਆਉਂਦੀਆਂ ਇਕੱਲਾ ਕਿਤਾਬੀ ਗਿਆਨ ਨਹੀਂ ਮੈਂ ਇੱਥੇ ਕਰ ਰਿਹਾ ਮੈਂ ਤੁਹਾਡੇ ਨਾਲ ਸਿੱਧੀਆਂ ਸਿੱਧੀਆਂ ਖੁੱਲੀਆਂ ਗੱਲਾਂ ਕਰਨੀਆਂ ਚਾਹੁੰਦਾ ਮੇਰਾ ਚਿੱਤ ਕਰਦਾ ਤੁਹਾਡੇ ਨਾਲ ਗੱਲਾਂ ਕਰਾਂ ਮੈਂ ਰਾਤੀ ਰਮਨਦੀਪ ਸਿੰਘ ਹੋਰਾਂ ਦੇ ਘਰ ਗਿਆ ਰਾਜਾ ਪਾਲ ਤੇ ਉਹਨਾਂ ਦੇ ਨਾ ਉੱਪਰ ਵੈਲੀ ਬਾਹਰ ਮਤਲਬ ਬਰਾਂਡਾ ਬੜਾ ਸੋਹਣਾ ਦੇਖ ਕੇ ਨਾ ਮੈਂ ਕਿਹਾ ਯਾਰ ਮੈਨੂੰ ਰਮਨ ਤੁਹਾਡੇ ਨਾਲ ਕਰਦਾ ਇਹ ਬਰਾਂਡਾ ਬੜਾ ਚੰਗਾ ਲੱਗਦਾ ਬੜਾ ਖੁੱਲ੍ਹਾ ਜਿਹਾ ਮਾਹੌਲ ਹੈ ਮੈਨੂੰ ਬੜਾ ਹੀ ਚੰਗਾ ਲੱਗਦਾ ਮਨ ਨੂੰ ਬੜਾ ਹੀ ਪਾਉਂਦਾ ਕਹਿੰਦਾ ਜੀ ਬਸ ਮਹਾਰਾਜ ਦੀ ਬਖਸ਼ਿਸ਼ ਹੈ ਚਲੋ ਗੱਲ ਖਤਮ ਹੋ ਗਈ ਅਗਲੇ ਦਿਨ ਸਵੇਰੇ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਜਿਵੇਂ ਜੈਪੁਰ ਸਾਰੇ ਅੱਜ ਲਾਈਟ ਨਹੀਂ ਹੈਗੀ ਸਾਰਿਆਂ ਨੂੰ ਪਤਾ ਨਾ ਲਾਈਟ ਨਹੀਂ ਹੈਗੀ ਤੇ ਮੈਂ ਅੱਜ ਦੇਖਿਆ ਲਾਈਟ ਨਹੀਂ ਆਈ ਮੈਂ ਵਾਸ਼ ਮਸ਼ੀਨ ਤੇ ਜਦੋਂ ਬਰੱਸ਼ ਕਰਨ ਗਿਆ ਤੇ ਧੁੱਪ ਕਿਵੇਂ ਮਾਜੀ ਪੈਣਾ ਉਸੇ ਬਰਾਂਡੇ 'ਚ ਗਰਮੀ ਲੱਗੇ ਪੂਰੀ ਧਿਆਨ ਦੇਣਾ ਪੂਰੀ ਸਿੱਧੀ ਧੁੱਪ ਪਵੇ ਏਦਾਂ ਕਰਕੇ ਦੇਖਣ ਮੈਂ ਕਿਹਾ ਅੱਜ ਹੀ ਵਰਸਣਾ ਹੀ ਸਾਰਾ ਏਦਾਂ ਕਰਕੇ ਮੈਂ ਧੁੱਪ ਵੱਲ ਆਪਣੇ ਮਨ 'ਚ ਹੀ ਬੋਲਿਆ ਮੈਂ ਕਿਹਾ ਅੱਜ ਹੀ ਪੈਣਾ ਹੀ ਸਾਰਾ ਅੱਜ ਹੀ ਮੈਨੂੰ ਨਿਹਾਲ ਕਰਨਾ ਹੀ ਬੱਸ ਘਰ ਹੁਣ ਥੋੜ੍ਹੇ ਜਿਹੇ ਮੈਨੂੰ ਰਸਤੇ ਕਰ ਲੈਣ ਦੇ ਅੰਦਰ ਅੰਦਰ ਦੀ ਗੱਲ ਕਰ ਰਿਹਾ ਅੰਦਰੋਂ ਆਵਾਜ਼ ਆਈ ਰਾਤੀ ਤੇ ਕਹਿੰਦਾ ਸਾਹਿਬ ਬੜਾ ਵਧੀਆ ਹੁਣ ਹੀ ਲਾਂਬੇ ਦੇਣ ਲੱਗੇ ਹਾਂ ਉਸੇ ਬਰਾਂਡੇ 'ਚ ਖੜੋ ਕੇ ਰਾਤੀ ਤੇ ਕਹਿੰਦਾ ਸਾਹਿਬ ਬੜਾ ਵਧੀਆ ਜੇ ਵਧੀਆ ਨੂੰ ਪਹੁੰਚਿਆ ਸੀ ਜੇ ਥੋੜ੍ਹਾ ਜਿਹਾ ਮੈਂ ਤੈਨੂੰ ਗਰਮੀ ਦੇ ਰਿਹਾ ਇਹਨੂੰ ਵੀ ਪਹੁੰਚਣਾ ਇਹਨੂੰ ਵੀ ਵਾਹਿਗੁਰੂ ਕਹਿ ਕੇ ਛਕ ਲੈ ਇਹਦਾ ਵੀ ਆਨੰਦ ਮਾਣ ਨਾ ਅਕਸਰ ਅਸੀਂ ਇੱਦਾਂ ਹੀ ਕਰਦੇ ਹਾਂ ਜਦੋਂ ਬਹੁਤ ਸਾਰੇ ਸੁੱਖ ਆ ਜਾਂਦੇ ਨੇ ਨਾ ਅਸੀਂ ਬੜੇ ਖੁਸ਼ ਥੋੜ੍ਹਾ ਜਿਹਾ ਕੋਈ ਦੁੱਖ ਆ ਗਿਆ ਉੱਥੇ ਹੀ ਸਾਡੇ ਉਲਾਂਭੇ ਏਦਾਂ ਹੀ ਆ ਨਾ ਸਾਰਿਆਂ ਦੇ ਅੰਦਰ ਦੀ ਗੱਲ ਉੱਥੇ ਹੀ ਅਸੀਂ ਉਲਾਂਭੇ ਦੇਣ ਲੱਗ ਜਾਂਦੇ ਨਹੀਂ ਪੱਲਿਓ ਹੋ ਸਕਦਾ ਉਹ ਧੁੱਪ ਦੀ ਮੈਨੂੰ ਲੋੜ ਹੋਵੇ ਵਿਟਾਮਿਨ ਸੀ ਚਾਹੀਦਾ ਹੋਵੇ ਤੁਹਾਨੂੰ ਹੋ ਸਕਦਾ ਮੈਨੂੰ ਕੋਈ ਬੁਖਾਰ ਚੜਨਾ ਹੋਵੇ ਮਹਾਰਾਜ ਕਹਿੰਦੇ ਮੈਂ ਤੇਰਾ ਪਸੀਨੇ 'ਚ ਹੀ ਕੱਢ ਲੈਣਾ ਬਾਹਰ ਹੋ ਸਕਦਾ ਨਾ ਕੁਝ ਵੀ ਹੋ ਸਕਦਾ ਇਸ ਕਰਕੇ ਅੱਜ ਮੈਂ ਕਥਾ ਵੀ ਸੁਣ ਰਿਹਾ ਸੀ ਨਾ ਸੂਰੇ ਅੰਮ੍ਰਿਤ ਵੇਲੇ ਤਾਂ ਉਹਦੇ ਵਿੱਚ ਵੀ ਇਹੀ ਗੱਲ ਸੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਪਾਤਸ਼ਾਹ ਕਹਿੰਦੇ ਬਸ ਤੂੰ ਇੱਕੋ ਹੀ ਕੰਮ ਕਰ ਵੀ ਜੋ ਪਰਮੇਸ਼ੁਰ ਦੀ ਰਜ਼ਾ ਵਰਤ ਰਹੀ ਹੈ ਨਾ ਜੋ ਤੇਰੇ ਨਾਲ ਬੀਤ ਰਿਹਾ ਉਹ ਬੀਤਣ ਦੇ ਉਹਨੂੰ ਹੋਣ ਦੇ ਤੂੰ ਉਹਦੇ ਵਿੱਚ ਆਨੰਦ ਲੈ ਤੇ ਉਹਦੇ ਵਿੱਚ ਸ਼ੁਕਰ ਵਿੱਚ ਆ ਜਾ ਤੇ ਫਿਰ ਦੇਖ ਤੇਰੀ ਭਗਤੀ ਤੇਰੀ ਅੰਦਰ ਦੀ ਗੱਲ ਪ੍ਰਵਾਨ ਹੋਣੀ ਸ਼ੁਰੂ ਹੋ ਜਾਏ ਅਸੀਂ ਵੀ ਜੇ ਤਾਂ ਇਹ ਜੁਗਤ ਨੂੰ ਬਣਾ ਲਈਏ ਨਾ ਹੁਕਮ ਦੀ ਖੇਡ ਨੂੰ ਸਮਝ ਲਈਏ ਵੀ ਜੋ ਮੇਰੇ ਨਾਲ ਕਾਇਨਾਤ ਕਰ ਰਹੀ ਹੈ ਕੁਦਰਤ ਕਰ ਰਹੀ ਹੈ ਉਹ ਵਾਹ ਭਲਾ ਦੁੱਖ ਆਇਆ ਤਾਂ ਵੀ ਵਾਹ ਭਲਾ ਸੁੱਖ ਆਇਆ ਤਾਂ ਵੀ ਵਾਹ ਭਲਾ ਔਖਾ ਤੇ ਹੈ ਪਰ ਉਹਦੀ ਰਹਿਮਤ ਹੋ ਜਾਏ ਫਿਰ ਸੁੱਖਾ ਹੋ ਜਾਂਦਾ ਦੁੱਖ ਦੇ ਵਿੱਚੋਂ ਵੀ ਸੁੱਖ ਨਿਕਲਣ ਲੱਗ ਜਾਂਦਾ ਦੁੱਖ ਦੇ ਅੰਦਰੋਂ ਵੀ ਆਨੰਦ ਦੀ ਪ੍ਰਾਪਤੀ ਹੋਣ ਲੱਗ ਜਾਂਦੀ ਹੈ ਆਓ ਸ਼ਬਦ ਪੜ੍ਹੀਏ ਫਿਰ ਸਮਾਪਤੀ ਕਰਦੇ ਹਾਂ ਸਭ ਰਾਜਨ ਤੇਰਾ ਸਭ ਰਾਜਨ ਤੇਰਾ ਸਭ ਰਾਜਨ ਤੇਰਾ ਸਭ ਰਾਜਨ ਤੇਰਾ ਤੁਮ ਹੋ
سب راجن تیرا سب راجن تیرا راجا سب راجن تیرا راجا سب راجن تیرا اپے آپ غریب نوازا اپے آپ غریب نوازا اپے آپ غریب نوازا اپے آپ غریب نوازا سب راجن تیرا راجا God
سب بحرین سنگھا ہم رے سب to me.
ਤੁਹਾਡੇ ਇਹਨਾਂ ਜਕਾਰਿਆਂ ਦੇ ਹਨ ਸਾਹਿਬ ਦੀ ਖੁਸ਼ੀ ਤੇ ਹੈ ਹੀ ਹੈ ਪਰ ਸੱਚ ਕੀਰਤਨੀਆਂ ਨੂੰ ਵੀ ਬੜਾ ਹੀ ਬਲ ਮਿਲਦਾ ਹੈ ਹੌਸਲਾ ਅਫਜ਼ਾਈ ਹੁੰਦੀ ਇਹ ਜ਼ਰੂਰ ਸਭ ਨੂੰ ਅਸੀਸ ਬਖਸ਼ਿਆ ਕਰੋ ਜਿਵੇਂ ਅਸੀਂ ਹੁਣ ਦਿੱਲੀ ਦੇ ਸਫ਼ਰ ਤੇ ਜਾਣਾ ਨਾ ਤੁਹਾਡੇ ਇਹ ਪੰਜ ਜਕਾਰੇ ਸਾਡੇ ਨਾਲ ਰਹਿਣੇ ਨੇ ਸਭ ਸੱਚ ਕਹਿਣਾ ਇਹਨਾਂ ਨੇ ਸਾਨੂੰ ਗੁਰੂ ਗੁਰੂ ਜਪਾਉਂਦਿਆਂ ਲੈ ਕੇ ਜਾਣਾ ਉੱਥੇ ਤੱਕ ਫਿਰ ਉੱਥੇ ਸੰਗਤ ਨੇ ਛੱਡ ਦੇਣੇ ਨੇ ਫਿਰ ਤੁਹਾਡੇ ਕੋਲ ਵਾਪਸ ਆਉਣਾ ਉਹਨਾਂ ਜਕਾਰਿਆਂ ਦੇ ਸਿਰ ਤੇ ਇਹ ਸੱਚ ਜੇ ਇਹਨੂੰ ਐਵੇਂ ਨਾ ਜਾਣੇ ਇਹ ਬਹੁਤ ਇਹਦੇ ਵਿੱਚ ਤਾਕਤ ਹੈ ਪੁਰਾਤਨ ਸਮਿਆਂ ਦੀ ਜੇ ਤੁਸੀਂ ਇਤਿਹਾਸ ਨੂੰ ਪੜੋਗੇ ਨਾ ਆਪਣੇ ਪੁਰਾਤਨ ਸਿੱਖ ਜਿਹੜੇ ਸੀ ਨਾ ਜਕਾਰੇ ਛੱਡਦੇ ਸੀ ਤੇ ਦੂਰੋਂ ਹੀ ਲੱਖਾਂ ਦੀਆਂ ਫੌਜਾਂ ਵੀ ਭੱਜ ਜਾਂਦੀਆਂ ਸੀ ਦਸ ਪੰਦਰਾਂ ਵੀਹ ਸਿੰਘਾਂ ਨੂੰ ਦੇਖ ਕੇ ਵੀ ਤੇ ਇਹਨਾਂ ਦੀ ਗਿਣਤੀ ਜ਼ਿਆਦਾ ਲੱਗਦੀ ਹੈ ਬੜੀ ਭਾਰੀ ਵੱਜ ਆਉਂਦੀ ਹੈ ਇੰਨੀ ਤਾਕਤ ਸੀ ਜਕਾਰੇ ਦੇ ਵਿੱਚ ਇਸ ਕਰਕੇ ਨਾ ਇਹ ਜਕਾਰੇ ਅਸੀਂ ਆਪਣਾ ਵੱਡ ਮੁੱਲਾ ਵਿਰਸਾ ਜਾਣ ਕੇ ਇਹਨਾਂ ਨੂੰ ਜ਼ਰੂਰ ਵਰਤਿਆ ਅੰਦਰ ਨੂੰ ਬੜਾ ਉਤਸ਼ਾਹ ਦਿੰਦੇ ਅੰਦਰ ਨੂੰ ਚੜ੍ਹਦੀ ਕਲਾ ਚ ਲਾਇਆ ਹੁੰਦਾ ਹੁਣ ਜਿੰਨਾ ਚੰਗਾ ਸੀ ਨਾ ਤੁਹਾਡੇ ਜਕਾਰਿਆਂ ਨੇ ਲਾਤਾ ਗੁਰੂ ਬਖਸ਼ਿਸ਼ ਕਰੇ ਏਦਾਂ ਹੀ ਅਸੀਂ ਆਪਣੇ ਇਸ ਵਿਰਸੇ ਤੋਂ ਜਾਣੂ ਹੋ ਕੇ ਇਹਦਾ ਲਾਭ ਲੈਂਦੇ ਰਹੀਏ ਫਿਰ ਇੱਕ ਵਾਰ ਦੋਨੋਂ ਹੱਥ ਜੋੜ ਕੇ ਫੁੱਲਾਂ ਚੁੱਕਾਂ ਦੀ ਖਿਮਾ ਅਸੀਸ ਬਖਸ਼ਣੀ ਅਗਲਾ ਸਫ਼ਰ ਵੀ ਆਪ ਜੀ ਦੇ ਇਹਨਾਂ ਜਕਾਰਿਆਂ ਸਦਕਾ ਗੁਰੂ ਦੀ ਅਸੀਸ ਨਾਲ ਗੁਰੂ ਗੁਰੂ ਕਰਦਿਆਂ ਕੱਟ ਜਾਏ ਫਿਰ ਤੁਹਾਡੇ ਕੱਲ੍ਹ ਦਰਸ਼ਨ ਕਰ ਸਕੀਏ ਜੀ ਹੁਣ ਆਪ ਜੀ ਦੇ ਸਨਮੁਖ ਸਟੇਜ ਸਕੱਤਰ ਸਾਹਿਬਾਨ ਇੱਕ ਦੋ ਮਿੰਟ ਲਈ ਹੋਣਗੇ ਉਪਰੰਤ ਆਪ ਜੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਗੁਰੂ ਕਰਕੇ ਵਜ਼ੀਰ ਸਰਵਰ ਕਰਾਉਣਗੇ ਜੀ ਦਾਸਾਂ ਨੂੰ ਇੱਥੇ ਖੁਸ਼ੀਆਂ ਬਖਸ਼ੋ ਚੜ੍ਹਦੀ ਕਲਾ 'ਚ ਫਤਿਹ ਗਜਾਇਓ ਵਾਹਿਗੁਰੂ ਜੀ
ਸਾਹਿਬ ਕਹਿੰਦੇ ਮੈਂ ਕੁਝ ਨਹੀਂ ਬੋਲਣਾ, ਤੁਸੀਂ ਬਸ ਨਾਨਕ ਸਾਹਿਬ ਪੜ੍ਹ ਲਓ। ਆਓ ਜੀ ਫਿਰ ਨਾਨਕ ਸਾਹਿਬ ਦਾ ਪਾਠ ਪਾਠ ਸੁਣਾਓ। ਸਿੰਘ ਮੇਰੀ ਮਾਏ